ਜੀ ਕਦੇ ਸਾਰੇ ਸਾਡੇ ਪਾਸੇ ਵੀਡੀਓ ਪਚਾਓ ਜੀ ਇਹ ਨੰਬਰ ਹੈ ਜੀ 419 420 ਨੰਬਰ ਹੈ ਨੀਗਾ ਕਿੱਥੇ ਹੈ ਨੀਗਾ ਜਿੱਥੇ ਦੁਨੀਆ ਦੇ ਸਭ ਤੋਂ ਵੱਡੇ ਠੱਗ ਬੈਠਦੇ ਜਿਆਦਾਤਰ ਮੋਸਟਲੀ ਠੱਗ ਬੰਦੇ ਜਿੱਥੇ ਜਿੱਥੇ 420 ਨੰਬਰੀਏ ਬੰਦੇ ਆ ਉਹ ਕਹਿੰਦੇ 420 ਨੰਬਰ ਨਹੀਂ ਚਾਹੀਦਾ ਇਹ ਆ ਜੀ ਲੋਕ ਸਭਾ ਭਾਰਤ ਦੀ ਲੋਕ ਸਭਾ ਚ 420 ਨੰਬਰ ਹੈ ਨੀਗਾ 419 ਆ 419 ਇਹ ਆ 419 A ਤੋਂ ਪਿੱਛੋਂ 421 ਆ 420 ਨੰਬਰ ਹੈਗੇ ਤਾਂ 420 ਆ ਸਾਰੇ ਮੋਸਟਲੀ ਜ਼ਿਆਦਾਤਰ ਪਰ ਕਹਿੰਦੇ 420 ਨੰਬਰ ਆਪਾਂ ਪਸੰਦ ਨਹੀਂ ਕਰਦੇ ਭਈ ਸਾਨੂੰ ਹੋਰ ਤਰ੍ਹਾਂ ਮਹਿਸੂਸ ਹੁੰਦਾ ਆ ਠੱਗੀਆਂ ਮਾਰਦੇ ਲੋਕਾਂ ਨਾਲ ਉਦੋਂ ਨਹੀਂ ਮਹਿਸੂਸ ਹੁੰਦਾ ਤੁਹਾਨੂੰ 420 ਨੰਬਰ ਲੈਂਦੇਆਂ ਨੂੰ ਤੁਹਾਨੂੰ ਭੈੜਾ ਮਹਿਸੂਸ ਹੁੰਦਾ ਭਾਰਤ ਦੀ ਲੋਕ ਸਭਾ ਚ 420 ਨੰਬਰ ਹੈ ਨਹੀਂਗਾ ਤੇ ਵੀਡੀਓ ਸਾਰੇ ਪਾਸੇ ਸ਼ੇਅਰ ਕਰ ਦਿਓ ਜਲਦੀ ਜਲਦੀ ਸ਼ੇਅਰ ਕਰ ਦਿਓ ਤੁਹਾਨੂੰ ਦਿਖਾਉਣਾ ਜੀ ਗੱਲਾਂ ਬਾਤਾਂ ਹੋਰ ਦੀਨ ਦੁਨੀਆਦਾਰੀ ਦੀਆਂ ਤੇ ਹਾਈਵੇ ਦਿਖਾਉਣਾ ਤੁਹਾਨੂੰ ਦੀਨ ਦੁਨੀਆਦਾਰੀ ਦੇ ਕਿੱਦਾਂ ਦੇ ਆ ਤੇ ਆ ਜਾਓ ਪਹਿਲਾਂ ਸ਼ੁਰੂ ਕਰਦੇ ਐਤੋਂ ਇਹ ਆ ਜੀ ਇੱਕ ਕੰਟਰੀ ਆ ਦੇਸ਼ ਆ ਤਰਕਮੈਨਿਸਤਾਨ ਤਰਕਮੈਨਿਸਤਾਨ ਆਪਣੇ ਏਸ਼ੀਆ 'ਚ ਹੀ ਪੈ ਜਾਂਦਾ ਉੱਥੇ ਸੋਵੀਅਤ ਯੂਨੀਅਨ ਰਸ਼ੀਆ ਵਾਲੇ ਡ੍ਰਿਲਿੰਗ ਕਰਦੇ ਸੀਗੇ ਹਨਾ ਤੇ 1971 'ਚ ਡ੍ਰਿਲਿੰਗ ਕਰਦਿਆਂ ਦੀ ਧਰਤੀ ਦੀ ਤੇ ਇਹ ਨਿਕਲਿਆ ਜੀ ਇਹ 230 ਫੁੱਟ ਚੌੜਾ ਤੇ 100 ਫੁੱਟ ਡੂੰਘਾ ਆ ਜੀ ਇਹਨੂੰ ਡੂਰ ਟੂ Hell ਕਿਹਾ ਜਾਂਦਾ ਨਰਕ ਦਾ ਦਰਵਾਜ਼ਾ ਕਿਹਾ ਜਾਂਦਾ ਇਹਨੂੰ 40 ਸਾਲ ਹੋ ਗਏ ਇਦਾਂ ਹੀ ਮੰਗਦਾ ਪਿਆ ਆ ਤੇ ਇਹਦੇ ਅੰਦਰ ਇੱਕੋ ਇੱਕ ਦੁਨੀਆ ਦਾ ਇਨਸਾਨ ਗਿਆ ਉਹ ਸੀਗਾ ਕੈਨੇਡਾ ਦਾ ਜੋਰਜ ਤੇ ਉਹ ਪਤੰਦਰ ਦਾ ਕੀ ਕੀਤਾ ਥੱਲੇ ਉਹ ਮਤਲਬ ਸੈਂਪਲ ਲੈ ਕੇ ਆਇਆ ਸੀ ਦੇਖਣ ਨੂੰ ਭਈ 1971 ਤੋਂ ਲੈ ਕੇ 50 ਸਾਲ ਹੋ ਗਏ ਇਹਨੂੰ ਮੰਗਦੇ ਇਹਨੂੰ ਭਈ ਕਿਦਾਂ ਦਾ ਮਹਿਸੂਸ ਹੁੰਦਾ 400 ਡਿਗਰੀ ਪਾ ਦੁਨੀਆ ਚ ਜਿਹੜਾ ਧਰਤੀ ਦੇ ਟੈਂਪਰੇਚਰ ਆਲਮੋਸਟ 50 55 ਡਿਗਰੀ ਤੋਂ ਜ਼ਿਆਦਾ ਨਹੀਂ ਗਿਆ ਜਿਹੜਾ ਹਨਾ ਪਰ ਇਹਦਾ ਟੈਂਪਰੇਚਰ ਪਿਛਲੇ 40 ਸਾਲ ਤੋਂ ਇਦਾਂ ਹੀ ਵਗ ਰਿਹਾ ਤੁਰਕਮੇਨਿਸਤਾਨ ਚ ਤੇ ਇਸ ਦਾ ਜਿਹੜਾ ਤਾਪਮਾਨ ਸੀ 400 ਡਿਗਰੀ ਤੋਂ ਜ਼ਿਆਦਾ ਸੀ ਪਰ ਉਹ ਪਤੰਦਰ ਦੇ ਗੋਰੇ ਕਰੈਕ ਉਹ ਜਾਗੇ ਥੱਲੇ ਪਰ ਉਹਨੇ ਚਲੋ ਸੂਟ ਦੂਜੇ ਵਧੀਆ ਪਾਇਓ ਸੀ ਹੈਨਾ ਕਿਉਂਕਿ ਕਿਸੇ ਚੈਨਲ ਲਈ ਜਾਣਾ ਸੀਗਾ ਤੇ ਐਨ ਸਾਰੇ ਕੁਝ ਕਰਕੇ ਦੇਖ ਸਕਦੇ ਆ ਇੱਕੋ ਇੱਕ ਇਨਸਾਨ ਇਸ ਚ ਗਿਆ ਆ ساری ਦੁਨੀਆ ਦਾ ਇੱਕੋ ਇੱਕ ਇਨਸਾਨ ਜੋਰਜ ਤੇ ਇਸ ਚੋਂ ਸੈਂਪਲ ਲੈ ਕੇ ਆਇਆ ਸੀਗਾ ਦੇਖ ਸਕਦੇ ਆ ਜੀ ਡੂ ਟੂ ਹੈਲ ਤੁਸੀਂ ਵੀ ਭਰ ਕੇ ਦੇਖ ਸਕਦੇ ਪਿਛਲੇ 40 ਸਾਲ ਤੋਂ ਇਦਾਂ ਹੀ ਮੰਗਦਾ ਪਿਆ ਆ ਕਹਿੰਦੇ ਸੀ ਚਲੋ ਸਾਲ ਇੱਕ ਸਾਲ ਪਿੱਛੋਂ ਇਹਨੇ ਆਪ ਹੀ ਬੰਦ ਬੰਦ ਹੋ ਜਾਣਾ ਹੈਨਾ ਪਰ ਨਹੀਂ ਜੀ 1971 ਤੋਂ 40 ਦੇ ਵੀ 50 ਸਾਲ ਹੋ ਗਏ ਆ ਇਹ ਇਦਾਂ ਹੀ ਆ ਬੱਸ ਪਤਾ ਨਹੀਂ ਕੁਦਰਤ ਦੇ ਰੰਗ ਆ ਭਰਾਵੋ ਕਿਹੜੀ ਚੀਜ਼ ਨੂੰ ਚਲਾਈ ਜਾਂਦੀ ਆ ਸਮਝ ਨਹੀਂ ਪਤ ਲੱਗੀ ਹੈਨਾ ਤੇ ਬਾਕੀ ਹੋਰ ਦੀ ਦੁਨੀਆਦਾਰੀ ਚ ਕੀ ਹੁੰਦਾ ਪਿਆ ਬਾਈ ਜੀ ਦੁਨੀਆ ਦਾ ਸਭ ਤੋਂ ਵੱਡਾ ਰਾਉਂਡ ਵੋਟ ਰਾਉਂਡ ਵੋਟ ਹੈਗਾ ਜੀ ਮਲੇਸ਼ੀਆ ਚ 3.5 ਕਿਲੋਮੀਟਰ 3 ਕਿਲੋਮੀਟਰ ਤੋਂ ਜ਼ਿਆਦਾ ਦਾ ਇਸ ਦਾ ਦਾਇਰਾ ਆ ਦੇਖ ਸਕਦੇ ਆ ਇੱਕ ਹੈਗਾ ਤ੍ਰਿਨਿਦਾਦ ਟਵਾਗੋ ਚ ਇਧਰ ਆਪਣੇ ਵੈਸਟ ਇੰਡੀਜ਼ ਪਰ ਇਹ ਜਿਹੜਾ ਮਲੇਸ਼ੀਆ ਵਾਲਾ ਇਹ ਆ ਪਹਿਲੇ ਸਥਾਨ ਤੇ ਥੋੜਾ ਰੌਲਾ ਰੱਪਾ ਉਹ ਕਹਿੰਦੇ ਉਹ ਆ ਜੀ ਉਹ ਆ 3.5 ਕਿਲੋਮੀਟਰ ਦਾ ਦਾਇਰਾ ਆ ਸੋ ਦੇਖ ਲਓ ਨਰੂਡ ਤੋਂ ਪਾਸਟਾ 2 ਕਿਲੋਮੀਟਰ ਆ ਰਾਉਂਡ ਰੋਟ ਇ ਪਤੰਦਰਾ ਨੇ ਕਿੱਦਾਂ ਬਣਾਤਾ 4 ਕਿਲੋਮੀਟਰ ਦਾ ਰਾਉਂਡ ਰੋਟ ਇ ਆ ਜੇ ਕਿਸੇ ਨੇ ਘੁੰਮਣਾ 4 ਕਿਲੋਮੀਟਰ ਘੁੰਮਣਾ ਪੈਣਾ ਸਕਰੀਨ 'ਚ ਭਾਵੇਂ ਤੁਹਾਨੂੰ ਥੋੜਾ ਦੀਦਾ ਹੋਊਗਾ ਪਰ ਆਲਮੋਸਟ 4 ਕਿਲੋਮੀਟਰ ਬਹੁਤ ਜ਼ਿਆਦਾ ਹੁੰਦੇ ਆ ਸੋ ਦੁਨੀਆ ਦਾ ਸਭ ਤੋਂ ਵੱਡਾ ਰਾਉਂਡ ਰੋਟ ਇਹ ਆ ਜੀ ਮਲੇਸ਼ੀਆ 'ਚ ਦੇਖ ਸਕਦੇ ਆ ਤੇ ਬਾਕੀ ਹੋਰ ਦਿਖਾਉਣੇ ਆ ਜੀ ਤੁਹਾਨੂੰ ਤੇ ਦੁਨੀਆ 'ਚ ਤੁਸੀਂ ਕਾਲੀਆਂ ਸੜਕਾਂ ਦਾ ਬਥੇਰੀਆਂ ਦੇਖੀਆਂ ਦੇ ਨੀਲੀ ਨੀਲੀ ਸੜਕਾਂ ਤੁਰੂ ਰੂ ਤਰੂ ਰੂ ਇਹ ਆ ਜੀ ਦੋਹਾ ਕਤਰ ਚ ਦੁਨੀਆ ਦਾ ਪਹਿਲਾ ਦੇਸ਼ ਆ ਜੀ ਦੋਹਾ ਕਤਰ ਤੇ ਇਹਨਾਂ ਨੂੰ ਬਣੀਆਂ ਨੂੰ ਤਾਂ ਟਾਈਮ ਹੋ ਗਿਆ ਤੇ ਅੱਗੇ ਵੀ ਮੈਂ ਸਾਂਝੀ ਕੀਤੀ ਸੀ ਮੈਂ ਕਿ ਫੇਰ ਕਰ ਦਵਾਂ ਦੋਹੇ ਤੋਂ ਬਹੁਤ ਵੀਰ ਭਰਾ ਦੇਖਦੇ ਦੁਨੀਆ ਦੀਆਂ ਸਭ ਤੋਂ ਪਹਿਲੀਆਂ ਨੀਲੇ ਰੰਗ ਦੀਆਂ ਸੜਕਾਂ ਤਿਆਰ ਹੋਈਆਂ ਦੋਹਾ ਘਤਰ ਚ ਕਾਰਨ ਕਾਰਨ ਕੀ ਆ ਕਿਉਂਕਿ ਦੋਹਾ ਘਤਰ ਚ ਗਰਮੀ ਬਹੁਤ ਜ਼ਿਆਦਾ ਪੈਂਦੀ ਆ ਕਹਿੰਦੇ ਵੀ ਜਿਹੜਾ ਕਾਲਾ ਰੰਗ ਆ ਉਹ ਜ਼ਿਆਦਾ ਧੁੱਪ ਨੂੰ ਉਹ ਕਰਦਾ ਆ ਸੋ ਨੀਲਾ ਰੰਗ ਨਾਲ ਥੋੜਾ ਟੈਂਪਰੇਚਰ ਇਹਨਾਂ ਦਾ ਠੀਕ ਠਾਕ ਰਹਿੰਦਾ ਆ ਸੋ ਦੋਹਾ ਘਤਰ ਚ ਗਰਮੀ ਬਹੁਤ ਪੈਂਦੀ ਆ ਨਾ ਸੋ ਉਹਨਾਂ ਦਾ ਇਹ ਸੁਝਾ ਸੀ ਵੀ ਨੀਲਾ ਕਰਨ ਨਾਲ ਥੋੜਾ ਗਰਮੀ ਤੋਂ ਰਾਹਤ ਮਿਲਦੀ ਆ ਤੇ ਇਹਦੇ ਟੈਂਪਰੇਚਰ ਚ ਮਤਲਬ ਇੰਨਾ ਜ਼ਿਆਦਾ ਟੈਂਪਰੇਚਰ ਨਹੀਂਦਾ ਹੁੰਦਾ ਹਨਾ ਫਿਰ ਸੜਕ ਦਾ ਜੋ ਵੀ ਐਸ਼ ਪੈਲੇਟ ਲੋਕ ਦਾ ਜੋ ਵੀ ਆ ਹਨਾ ਸੋ ਨੀਲੇ ਰੰਗ ਦੀਆਂ ਇਹ ਸੜਕਾਂ ਦੀਨ ਦੁਨੀਆਦਾਰੀ ਚ ਦੋਹੇ ਕਦਰ ਚ ਤਿਆਰ ਹੋਈਆਂ ਸਿਗੀਆਂ ਤੇ ਹੋਰ ਦਿਖਾਉਣੇ ਦੀਨ ਦੁਨੀਆਦਾਰੀ ਚ ਭਾਜੀ ਜਾਪਾਨ ਚ ਇਹਈਆਂ ਸੜਕਾਂ ਜੇ ਤੁਸੀਂ ਉੱਥੇ ਗੱਡੀ ਚਲਾਉਂਗੇ ਸੜਕ ਦੇ ਉੱਤੇ ਉਹ ਟਾਇਰ ਤੁਸੀਂ ਜਿੱਦਾਂ ਵੀ ਹੁਣ ਕੈਨੇਡਾ 'ਚ ਜਿਹੜੇ ਡਰਾਈਵਰ ਵੀਰ ਚਲਾਉਂਦੇ ਆ ਟਰੱਕ ਜਾਂ ਜੋ ਵੀ ਆ ਕੈਨੇਡਾ 'ਚ ਜਿਹੜੀਆਂ ਸੜਕਾਂ ਉਹਨਾਂ ਦੇ ਆਲੇ-ਦੁਆਲੇ ਟੱਕ ਜੇ ਲਾਇਓ ਜੇ ਮਤਲਬ ਕਿਸੇ ਨੂੰ ਨੀਂਦ ਆਵੇ ਉਹ ਟੱਕ ਜੇ ਜਦੋਂ ਗੱਡੀ ਦਾ ਟਾਇਰ ਜਾਂਦਾ ਇੱਕਦਮ ਬੰਦੇ ਦੀ ਜਾਗ ਖੁੱਲ ਜਾਂਦੀ ਆ ਇਦਾਂ ਹੀ ਆਪਣੇ ਜਾਪਾਨ 'ਚ ਦੇਖ ਸਕਦੇ ਆ 뮤지컬 ਰੋਡ ਹੈਡ ਲਿਖਿਆ ਹਨਾ ਉੱਥੇ ਗੱਡੀਆਂ ਟਾਇਰ ਮਤਲਬ ਕੋਈ ਜਗ੍ਹਾ ਆ ਸਾਰੇ ਜਾਪਾਨ 'ਚ ਨਹੀਂ ਥੋੜੀ ਜਿਹੀ ਜਗ੍ਹਾ 2-4-6 'ਚ ਹੋਊਗਾ ਤੇ ਉੱਥੇ ਜਦੋਂ ਗੱਡੀ ਚੱਲਦੀ ਆ ਤੇ ਟਾਇਰ ਜਦੋਂ ਕੋਈ ਸਪੈਸਿਫਿਕ ਜਗ੍ਹਾ ਹੁੰਦੀ ਹੈ ਉੱਥੇ ਜਾ ਕੇ ਵੱਜਦੇ ਆ ਤੇ ਮਿਊਜ਼ਿਕ ਚੱਲਦਾ ਆ ਜੀ ਹਾਂਜੀ ਇਹ ਜਾਪਾਨ 'ਚ ਆ ਤੇ ਤੁਹਾਨੂੰ ਹੋਰ ਦਿਖਾਉਨੇ ਆ ਜੀ ਤੇ ਬਾਕੀ ਇੱਕ ਇੱਕੇ ਰਾਉਂਡ ਬੋਟ ਆ ਇੰਗਲੈਂਡ 'ਚ ਉਹ ਸੈਵਨ ਸਰਕਲ ਰਾਉਂਡ ਬੋਟ ਆ ਇਹ ਦੇਖ ਸਕਦੇ ਆ ਜੀ ਇਹ ਮੈਨੂੰ ਸ਼ਾਇਦ ਜੇ ਇੰਗਲੈਂਡ ਤੋਂ ਜਿਹੜੇ ਸੁਣਦੇ ਜੇ ਕਦੀ ਇੱਥੇ ਗਏ ਤਾਂ ਦੱਸਿਓ ਭਰਾਵੋ ਇੱਥੇ ਗੱਡੀ ਚਲਾਉਣੀ ਖਾਲਾ ਜੀ ਦਾ ਬਾੜਾ ਨਹੀਂ ਇੱਥੇ ਦਾ ਬੰਦਾ ਉੱਦੋਂ ਹੀ ਬੰਦੜ ਲਿਜੂ ਉਹ ਦੇਖ ਲਓ ਕਿਧਰੋਂ ਗੱਡੀਆਂ ਆਉਂਦੀਆਂ 5 700 ਤਾਂ ਤੀਰ ਰਹੀ ਬਾਹ ਆ ਵੀ ਕਿੱਧਰ ਨੂੰ ਜਾਣਾ ਕਿੱਧਰ ਨੂੰ ਨਹੀਂ ਜਾਣਾ ਸੈਵਨ ਸਰਕਲ ਆ ਇਹ ਦੇਖ ਸਕਦੇ ਆ ਜੀ ਬੜਾ ਹੀ ਖਤਰਨਾਕ ਹੈ ਵੀ ਸੋ ਪਤਾ ਨਹੀਂ ਕਿੱਦਾਂ ਚਲਾਈ ਜਾਂਦੇ ਗੱਡੀਆਂ ਇੱਥੇ ਦੇਖੋ ਜੀ ਸੋ ਇਹ ਵੀ YouTube ਤੇ ਵੀਡੀਓ ਦੇਖਿਓ ਫੇਰ ਤੁਹਾਨੂੰ ਜ਼ਿਆਦਾ ਵਧੀਆ ਆਈਡੀਆ ਹੋਣਾ ਸੋ ਇਹਦਾ ਤਸਵੀਰ ਨਾਲ ਤਾਂ ਤੁਹਾਨੂੰ ਈਜ਼ੀ ਲੱਗਦਾ ਹੋਣਾ ਵੀ ਉਦੋਂ ਹੀ ਆ ਕੋਈ ਨਹੀਂ ਕੀ ਆ ਇਹਦੇ ਚ ਕੀ ਆ ਇਹ ਤਾਂ ਗੋਲ ਜਾਇਆ ਘੁੰਮ ਗਿਆ ਇੱਧਰ ਉੱਧਰ ਪਰ YouTube ਤੇ ਵੀਡੀਓ ਦੇਖਿਓ ਇੱਕ ਵਾਰੀ ਫੇਰ ਤੁਹਾਨੂੰ ਜ਼ਿਆਦਾ ਆਈਡੀਆ ਹੋ ਜਾਣਾ ਵੀ ਇਸ ਚ ਗੱਡੀ ਚਲਾਉਣੀ ਬਹੁਤ ਹੀ ਜ਼ਿਆਦਾ ਔਖੀ ਆ 7 ਸਰਕਲ ਆ ਥੋੜਾ ਬਹੁਤਾ ਨਹੀਂਗਾ ਇਹ ਇੰਗਲੈਂਡ ਚ ਤੇ ਹੋਰ ਦਿਖਾਉਨੇ ਭਰਾਵੋ ਜਿਹੜਾ ਭ੍ਰਿਸ਼ਟਾਚਾਰ ਆ ਦੀਨ ਦੁਨੀਆ ਸਾਰੀ ਚ ਆ ਕੈਨੇਡਾ ਆ ਇੰਡੀਆ ਜਿਵੇਂ ਆ ਹਰ ਜਗ੍ਹਾ ਆ ਸੋ ਬ੍ਰਾਜ਼ੀਲ ਵੀ ਉੱਥੇ ਵੀ ਬਹੁਤ ਭ੍ਰਿਸ਼ਟਾਚਾਰ ਆ ਸੋ ਆ ਦੇਖੋ ਜੀ ਇਹਦੇ ਪਿੱਛੇ ਕਈ ਮਿਲੀਅਨ ਡਾਲਰ ਦਾ ਕਬੜਾ ਹੋ ਗਿਆ ਸੀ ਇਸ ਪੁਲ ਦੇ ਪਿੱਛੇ ਬ੍ਰਾਜ਼ੀਲ ਚ ਦੇਖੋ ਸਿੱਧੀ ਆ ਲੈ ਆ ਲੈ ਆ ਸੜਕ ਜਾਂਦੀ ਆ ਹਨਾ ਆ ਦੇਖੋ ਆ ਸਾਈਡ ਤੇ ਜਾਂਦੀ ਆ ਕਿ ਨਹੀਂ ਤੇ ਨਹੀਂ ਆ ਪੁਲ ਬਣਾਇਆ ਤੇ 4-5 ਮਿਲੀਅਨ ਡਾਲਰ ਦਾ ਕਬਲਾ ਕੀਤਾ ਸੀ ਆ ਪੁਲ ਦੇ ਪਿੱਛੇ ਵੈਸੇ ਤਾਂ ਇਹਦੀ ਲੋੜ ਵੀ ਹੈ ਨਹੀਂ ਸੀਗੀ ਕੀ ਲੋੜ ਸੀ ਇਹਦੀ ਤੁਸੀਂ ਆਪ ਸਿਆਣੇ ਆ ਦੇਖੋ ਤਾਂ ਰਾਹ ਤਾਂ ਜਾਂਦਾ ਹੈ ਇੱਥੋਂ ਹੀ ਸੜਕ ਬਣਾ ਦਿੰਦੇ ਕਿੰਨਾ ਘਟਾ ਮਾਂ ਟਮਾਂ ਨਹੀਂ ਕਿੰਨਾ ਸਮਾਂ ਖਰਾਬ ਹੋਣਾ ਸੀ ਜੇ ਇਧਰੋਂ ਹੋ ਜਾਂਦੀ ਮਿੰਟ ਦਾ ਵੀ ਨਹੀਂ ਸੀ ਫਰਕ ਪੈਣਾ ਪਰ ਜਿੰਨੇ ਪੈਸੇ ਕਮਾਉਣੇ ਹੁੰਦੇ ਆ ਉਹਨਾਂ ਨੂੰ ਕੋਈ ਲੈਣਾ ਦੇਣਾ ਨਹੀਂ ਲੋਕਾਂ ਨਾਲ ਉਹਨਾਂ ਨੂੰ ਤਾਂ ਆਪਣੇ ਪੈਸਿਆਂ ਨਾਲ ਆ ਸੋ ਇਹ ਆ ਜੀ ਬ੍ਰਾਜ਼ੀਲ ਚ ਪੁਲ ਦੇਖੋ ਤੇ ਹੋਰ ਦਿਖਾਉਣਾ ਤੁਹਾਨੂੰ ਭਰਾਓ ਬਾਕੀ ਬਾਈ ਜੀ ਬਹੁਤ ਕੁਝ ਚੱਲਦਾ ਪਿਆ ਦੀਨ ਦੁਨੀਆਦਾਰੀ ਚ ਤੇ ਇਦਾਂ ਹੀ ਕਈ ਦੇਸ਼ਾਂ ਚ ਆਪਣੇ ਟ੍ਰਾਂਟੋਸ ਚ ਵੀ ਹੈਗੇ ਆ ਜੇ ਕੋਈ ਟ੍ਰਾਂਟੋ ਵਾਲਾ ਕਦੀ ਗਿਆ ਤਾਂ ਭੇਜੋ ਵੀਡੀਓ ਦੇਖੋ ਜੀ ਮੋਸਟਲੀ ਲੋਕ ਜਿਹੜੇ ਆਮ ਜਿਹੜੇ ਆਮ ਹਿਊਮਨ ਆ ਉਹਦਾ ਹੁੰਦਾ ਪਈ ਯਾਰ ਪੌੜੀਆਂ ਕਿਹੜਾ ਚੜਦਾ ਰੂ ਐਸਕਲੇਟਰ ਕੀ ਕਹਿੰਦੇ ਇਹਨੂੰ ਪਈ ਇੱਤੋ ਹੀ ਚੱਲਦੇ ਆ ਹਨਾ ਸੋ ਦੇਖ ਸਕਦੇ ਆ ਇਹ ਡੈਨਮਾਰਕ ਦੀ ਤਸਵੀਰ ਦਿਖਾਉਣਾ ਤੁਹਾਨੂੰ ਦੋ ਤਸਵੀਰਾਂ ਦਿਖਾਉਂਗਾ ਪੌੜੀਆਂ ਵਿਚਾਰੀਆਂ ਤੇ ਕੋਈ ਚੜਦਾ ਨਹੀਂ ਸੀਗਾ ਇਹਨਾਂ ਦੇ ਸਾਰੇ ਚੜਦੇ ਜਾਂਦੇ ਸੀ ਹੈ ਨਾ ਜਿਹੜੀਆਂ ਲੱਗੀਆਂ ਹੁੰਦੀਆਂ ਆ ਸੋ ਇਹਨਾਂ ਤੇ ਸਾਰੇ ਚੜਦੇ ਪੌੜੀਆਂ ਤੇ ਕੋਈ ਚੜਦਾ ਨਹੀਂ ਸੀ ਉਨੀ ਫਿਰ ਕੀ ਕੀਤਾ ਉਹ ਕਹਿੰਦੇ ਮਨੁੱਖੀ ਦਿਮਾਗ ਨਾਲ ਖੇਲਦੇ ਆ ਜਿਹੜਾ ਮਨੋੱਖਿਆ ਇਹਦਾ ਸੋ ਜਿਹਨਾਂ ਨੇ 99 ਮਨੁੱਖ ਜੋ ਇੱਕ ਮਨੁੱਖ ਕਰੂਗਾ 99 ਉਹੀ ਕਰਦੇ ਆ ਕੋਈ 2 4% ਹੋਗੇ ਜਿਹੜੇ ਨਹੀਂ ਕਰਦੇ ਉਹ ਚੀਜ਼ ਹਨਾ ਹੁਣ ਜੇ ਧਾਰਨ ਦੇ ਤੌਰ ਤੇ ਕਰਨਾ ਹੋਵੇ ਆਪਣੇ ਟਿਕਟੋਕ ਦੀ ਲਾ ਲਓ ਉਤੇ ਕੁੜੀਆਂ ਦੀ ਤਾਂ ਭਰੋ ਗੁੱਲੇ ਛੱਡੋ ਮੁੰਡੇ ਇੱਕ ਨੇ ਪਾਇਆ ਪਪੜ 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 ਪੈ ਤੇ ਪਿੱਛੇ ਲੱਖਾਂ ਨੇ ਪਾਤਾ ਪਪੜ 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 ਜੇ ਉਹ ਨਾ ਪਾਉਂਦੇ ਸ਼ਾਇਦ ਉਹਨਾਂ ਨੂੰ ਨੀਂਦ ਨਹੀਂ ਸੀ ਆਉਣੀ ਸੋ ਇਹ ਨੂੰ ਹੀ ਭੇਡ ਚਾਲ ਕਹਿੰਦੇ ਆ ਹਨਾ ਵੀ ਕਈ ਵਾਰ ਹੋ ਜਾਂਦਾ ਯਾਰ ਉਹਨੇ ਉਹਨੇ ਕਰਤੀ ਵੀਡੀਓ ਇੱਥੇ ਮੈਂ ਕਾਤੇ ਨਹੀਂ ਕੀਤੀ ਹਨਾ ਪਤਾ ਨਹੀਂ ਜੇ ਨਾ ਵੀ ਕਰਨ ਚਲੋ ਮੁੱਦਾ ਹੋਰ ਆ ਸੋ ਇਹ ਦੇਖੋ ਜੀ ਕੋਈ ਵੀ ਪੌੜੀਆਂ ਤੇ ਨਹੀਂ ਸੀ ਚੜਦਾ ਕੀ ਕੀਤਾ ਫਿਰ ਉਹਨਾਂ ਨੇ ਬਾਈ ਜੀ ਇਹ ਹੈਗਾ ਜੀ ਮਿਲਾਨ ਚ ਇਟਲੀ ਚ ਵੀ ਇਹ ਸਿਸਟਮ ਹੈਗਾ ਟ੍ਰਾਂਟੋਜ਼ ਵੀ ਹੋਰ ਵੀ ਅਮਰੀਕਾ ਚ ਵੀ ਹੋਰ ਵੀ ਕਈ ਜਗ੍ਹਾ ਆ ਇਨੀ ਕੀ ਕੀਤਾ ਫਿਰ ਉਹੀ ਸੇਮ ਪੌੜੀਆਂ ਆ ਸੇਮ ਜਗ੍ਹਾ ਆ ਆ ਸਾਰਾ ਖਾਲੀ ਹੋ ਗਿਆ ਸਾਰੇ ਲੋਕ ਹੁਣ ਪੌੜੀਆਂ ਚੜਦੇ ਦੇਖੋ ਜੀ ਇਹਨਾਂ ਦੀ ਉਮਰ ਕਿੰਨੀ ਆ ਇਹ ਵੀ ਹੁਣ ਪੌੜੀਆਂ ਤੇ ਚੜ ਰਹੇ ਪੌੜੀਆਂ ਚ ਉਹ ਨਹੀਂ ਇਦਾਂ ਦਾ ਕੀ ਸੋਨਾ ਪਾ ਦਿੱਤਾ ਬਾਈ ਜੀ ਉਹ ਨਹੀਂ ਪਾ ਦਿੱਤਾ ਸੋਨਾ ਇਹ ਡੈਨਮਾਰਕ ਦੀ ਤਸਵੀਰ ਆ ਸੋ ਬੱਲਾ ਜਿਹੜੀ ਤਸਵੀਰ ਦਿਖਾਈ ਸੀ ਇੱਧਰ ਭਰਿਆ ਸੀ ਇੱਧਰ ਖਾਲੀ ਸੀ ਸੋ ਉਨੀ ਕਿਹੜਾ ਸੋਨਾ ਪਾਇਆ ਬਾਈ ਜੀ ਉਨੀ ਪਾਤਾ ਪੌੜੀਆਂ ਚ ਨਹੀਂ ਸਿਸਟਮ ਐਦਾਂ ਦਾ ਲਾਤਾ ਜਦੋਂ ਤੁਸੀਂ ਪੈਰ ਰੱਖੂਗੇ ਪਿਆਨੋ ਦੀ ਆਵਾਜ਼ ਆਉਂਦੀ ਆ ਸੋ ਜਿੱਦਾਂ ਜਿੱਦਾਂ ਦੇਖੋ ਜੀ ਪਿਆਨੋ ਦੇ ਬਟਨ ਹੁੰਦੇ ਜਿੱਦਾਂ ਹਨਾ ਉਦਾਂ ਇਹ ਨਹੀਂ ਰੰਗ ਕੀਤੇ ਉਹ ਚਿੱਟੇ ਕਾਲੇ ਸੋ ਜਿੱਦਾਂ ਜਿੱਦਾਂ ਤੁਸੀਂ ਪੈਰ ਰੱਖੂਗੇ ਪਿਆਨੋ ਦੀ ਆਵਾਜ਼ ਨਿਕਲਦੀ ਵਿੱਚੋਂ ਮਿਊਜ਼ਿਕ ਦੀਆਂ ਤਰੰਗਾਂ ਨਿਕਲਦੀਆਂ ਸੋ ਲੋਕ ਮਤਲਬ ਵੀ ਕ੍ਰੀਏਟੀਵਿਟੀ ਉਹ ਨਹੀਂ ਪੇਸ਼ ਕੀਤੀ ਉਹ ਚਾਹੁੰਦੇ ਸੀ ਵੀ ਲੋਕ ਵੱਧੋ ਵੱਧ ਪੌੜੀਆਂ ਦਾ ਇਸਤੇਮਾਲ ਕਰਨ ਹਨਾ ਸੋ ਕ੍ਰੀਏਟੀਵਿਟੀ ਪੇਸ਼ ਕੀਤੀ ਉਹਨਾਂ ਦੀ ਸਕਸੈਸਫੁਲ ਰਹੀ ਜੀ ਇੱਧਰ ਹੁਣ ਲੋਕ ਜਾਂਦੇ ਨੇਗੇ ਇਹ ਜਿਹੜੀਆਂ ਆਟੋਮੈਟਿਕ ਚੱਲਦੀਆਂ ਇਹਨਾਂ ਤੇ ਖੜਦੇ ਨਹੀਂ ਸੋ ਆਪ ਆਪਣਾ ਸਰੀਰ ਦਾ ਜ਼ੋਰ ਲਾ ਕੇ ਇੱਥੇ ਜਦੋਂ ਪੈਰ ਰੱਖਦੇ ਆਵਾਜ਼ਾਂ ਨਿਕਲਦੀਆਂ ਆ ਸੋ ਜੇ ਤੁਸੀਂ ਵੀ ਦੇਖ ਸਕਦੇ ਹੋ ਜੇ ਆਵਾਜ਼ਾਂ ਸੋਹਣੀਆਂ ਪਿਆਨੋ ਸਟੇਅਰਸ ਭਰਦੇ ਹੋ ਇਹ ਦੁਨੀਆ ਦੇ ਕਈ ਸ਼ਹਿਰਾਂ 'ਚ ਮੋਸਟਲੀ ਜ਼ਿਆਦਾਤਰ 'ਚ ਨਹੀਂ ਥੋੜਿਆਂ 'ਚ ਹੀ ਆ ਇਹ ਦੁਨੀਆ 'ਚ ਮਤਲਬ ਕਾਮਯਾਬ ਹੋ ਰਹੀਆਂ ਆ ਪਿਆਨੋ ਸਟੇਅਰਸ ਆਵਾਜ਼ ਆਉਂਦੀ ਆ ਵਿੱਚੋਂ ਪਿਆਨੋ ਦੀ ਜਦੋਂ ਪੈਰ ਰੱਖਦੇ ਲੋਕ ਹਨਾ ਸੋ ਹੋਰ ਦਿਖਾਉਣੇ ਤੁਹਾਨੂੰ ਭਰਾਵੋ ਤੇ ਤਸਵੀਰ ਚਲੋ ਇੱਕ ਦਿਖਾ ਦਿੰਨੇ ਆ ਬਾਈ ਜੀ ਬੜਾ ਹੀ ਔਖਾ ਆ ਮੈਂ ਸੋਚਦਾ ਹੁੰਨਾ ਜਿਹੜੇ ਬਾਬੇ ਆ ਲੋਕਾਂ ਨੂੰ ਪਿੱਛੇ ਲਾਈ ਫਿਰਦੇ ਕਿੱਦਾਂ ਲਾ ਲੈਂਦੇ ਬਾਈ ਜੀ ਮਨੁੱਖ ਤਾਂ ਤਿਆਰ ਹੀ ਰਹਿੰਦਾ ਪਿੱਛੇ ਲੱਗਣ ਨੂੰ ਬਸ ਲਾਉਣ ਵਾਲਾ ਚਾਹੀਦਾ ਹੈ ਉਹਨਾਂ ਦੇ ਦਿਮਾਗ ਨੂੰ ਦਿਮਾਗ ਨਾਲ ਖੇਡਣ ਵਾਲਾ ਚਾਹੀਦਾ ਇਦਾਂ ਹੀ ਆ ਕੋਈ ਆਪਣਾ ਪਾਕਿਸਤਾਨੀ ਆ ਬਾਈ ਤੇ ਉਹ ਰਾਣਾ ਜੀ ਉਹਦੀ ਆਈਡੀ ਆ ਟਿਕਟੌਕ ਤੇ ਉਹਦੀਆਂ ਟਿਕਟੌਕ ਤੇ ਵਿਊ ਦੇਖੋ 20 ਮਿਲੀਅਨ 25 ਮਿਲੀਅਨ 10 ਮਿਲੀਅਨ 12 ਮਿਲੀਅਨ 20 ਮਿਲੀਅਨ 2 ਕਰੋੜ ਬੰਦਾ ਹੁੰਦਾ ਬਾਈ ਜੀ 20 ਮਿਲੀਅਨ ਦਾ ਕਰਦਾ ਕੀ ਆ ਬਸ ਕਰਦਾ ਕੀ ਆ ਲੋਕਾਂ ਦੇ ਦਿਮਾਗ ਨਾਲ ਖੇਲਦਾ ਆ ਤੇ ਨਜ਼ਾਰੇ ਹੀ ਲੈਂਦਾ ਆ ਤੇ ਉਦਾਂ ਦੇ ਲੋਕ ਆ ਜਿਹੜੇ ਇਦਾਂ ਦੀ ਇੱਤੇ ਮੈਂ ਸ਼ੇਰ ਦੇਖ ਕੇ ਹਨਾ ਵੀ ਕਿੰਨੇ ਕਰੋੜ ਲੋਕ ਇਸ ਗੱਲ ਨੂੰ ਸੱਚ ਮੰਨ ਬੈਠੇ ਲੋਕ ਬੰਦੇ ਨੇ ਕੀਤਾ ਕੀ ਜਿਹੜਾ ਜਿਹੜਾ 2 2 5 5 ਕਰੋੜ ਲੋਕ ਇਹਦੀਆਂ ਵੀਡੀਓ ਦੇਖਦੇ ਇਹਨੇ ਬਾਈ ਜੀ ਅੰਡੇ ਜਿਹੜੇ ਬੇਲਾਂ ਲੱਗੀਆਂ ਹੁੰਦੀਆਂ ਅੰਡਿਆਂ ਨੂੰ ਕਿਸੇ ਤਰ੍ਹਾਂ ਨਾਲ ਫੈਵਿਕੋਲ ਜਾਂ ਕਾਸੇ ਨਾਲ ਵੀ ਚਿਪਕਾਤਾ ਬੇਲਾਂ ਤੇ ਦੇਖ ਸਕਦੇ ਆ ਤੇ ਥੋੜੇ ਜਿਹੇ ਅੰਡੇ ਸਾਰੀਆਂ ਤੇ ਨਹੀਂ ਦੇਖੋ ਸਾਰੀਆਂ ਤੇ ਨਹੀਂ ਜਿਹੜੀ ਜਿਹੜੀ ਨਹੀਂ ਸਕਰੀਨ ਦਿਖਾਉਣੀ ਸੀ ਉੱਥੇ ਚਪਕਾ ਦਿੱਤੇ ਅੰਡੇ ਤੇ ਫਿਰ ਬਾਅਦ ਚ ਚਮਚੇਰਾ ਤੋੜਦਾ ਤੇ ਕਹਿੰਦਾ ਵੀ ਸਾਡੇ ਬੇਲਾਂ ਨੂੰ ਅੰਡੇ ਲੱਗਦੇ ਕੱਦੂ ਦੀਆਂ ਬੇਲਾਂ ਨੂੰ ਸਾਡੇ ਅੰਡੇ ਲੱਗਦੇ ਆ ਤੇ ਲੋਕ ਸੱਚ ਮੰਨ ਕੇ ਗਾਂ ਦੀਆਂ ਸ਼ੇਅਰ ਕਰਦੇ ਆ ਤੇ ਬਾਈ ਜੀ ਤਾਂ ਨੇ ਆ ਜਿਹੜੇ ਲੋਕ ਇਦਾਂ ਦੀਆਂ ਗੱਲਾਂ ਨੂੰ ਸੱਚ ਮੰਨ ਲੈਂਦੇ ਆ ਪ੍ਰਭੂ ਕਦੋਂ ਤਰੱਕੀ ਕਰੋਗੇ ਦੇਸ਼ ਸਾਡੇ ਹੈ ਤੇ ਸਾਡੀ ਸੋਚ ਹੀ ਇਹ ਆ ਵੀ ਕੋਈ ਵੀ ਮੂਰਖ ਬਣਾ ਸਕਦਾ ਆ ਬਿੱਲਾਂ ਨੂੰ ਅੰਡੇ ਉਹਨਾਂ ਨਾਲ ਕਾ ਸਕਦੇ ਜੋੜ ਕੇ ਫੇਵਿਕੋਲ ਨਾਲ ਤੇ ਦਿਖਾਉਂਦੇ ਆ ਜੀ ਤੇ 2-2 ਕਰੋੜ 5-5 ਕਰੋੜ ਬੰਦਾ ਸ਼ੇਅਰ ਕਰੀ ਜਾਂਦਾ ਹਾਂਜੀ ਸੱਚ ਮੰਨੀ ਜਾਂਦਾ ਬੇਲਾ ਨੂੰ ਅੰਡੇ ਲੱਗ ਗਏ ਤੇ ਹੁਣ ਇਹ ਪਾਉਣ ਡਿਆ ਆ ਵੀ ਸ਼ਿਮਲਾ ਮਿਰਚਾਂ 'ਚੋਂ ਪੈਸੇ ਨਿਕਲਦੇ ਆ ਲੋਕ ਸੱਚ ਮੰਨੀ ਜਾਂਦੇ ਆ ਕੁਝ ਵੀ ਹੋ ਸਕਦਾ ਬਾਈ ਜੀ ਉੱਥੇ ਕੁਝ ਵੀ ਸੰਭ ਪਿਆ no doubt ਤੇ ਬਾਕੀ ਜਾਂਦੇ ਜਾਂਦੇ ਫੋਟੋਆਂ ਤੁਹਾਨੂੰ ਦਿਖਾਉਣਾ ਦੋ ਤੇ ਜੰਤਦਾ ਔਖਾ ਬਾਈ ਜੀ ਜਦੋਂ ਤੁਹਾਡਾ ਕਿਸੇ ਨਾਲ ਵਿਆਹ ਨਹੀਂ ਹੁੰਦਾ ਜਦ ਤੱਕ ਉਦੋਂ ਤੱਕ ਆ ਪਿਆਰ ਦੀਆਂ ਕਸਮਾਂ ਗੁੱਥਮੇ ਪ੍ਰਭੂ ਸਭ ਟਾਈਮ ਪਾਸਈ ਆ ਇਹ ਪਿਆਰ ਵੀਰ ਕੁਝ ਨਹੀਂ ਹੁੰਦਾ ਕੀ ਕਹਿੰਦੇ ਹੁੰਦੇ ਹਾਰਮੋਨ ਰਿਲੀਜ਼ ਹੁੰਦੇ ਦਿਮਾਗ ਚੋਂ ਡੋਪਾਮਾਈਨ ਉਹਦਾ ਦੱਸਾਂਗੇ ਕੀ ਰਿਲੀਜ਼ ਹੁੰਦਾ ਦਿਮਾਗ ਚੋਂ ਪਿਆਰ ਹੁੰਦਾ ਅਟਰੈਕਸ਼ਨ ਹੁੰਦੀ ਬਟ ਐਵਰ ਤੇ ਪਹਿਲਾਂ ਤਾਂ ਜੀ ਕੁਝ ਹੋਰ ਸੀ ਫਿਰ ਵਿਆਹ ਕੁੜੀ ਦਾ ਉਸ ਮੁੰਡੇ ਨਾਲ ਹੋਇਆ ਨਹੀਂ ਤਿਆ ਦੇਖ ਸਕਦੇ ਆ ਬਤਕ ਇੱਧਰ ਬਤਕਾਂ ਬੈਠੀਆਂ ਤੇ ਆ ਜਿਹੜੀ ਬਤਕ ਐ ਨਵੀਂ ਬਣੀ ਆ ਇਹ ਨਵੀਂ ਕੀ ਬਣੀ ਆ ਵਿਚਾਰੀ ਨੇ ਕਿਸੇ ਦਾ ਟੈਟੂ ਕਿਸੇ ਦੇ ਨਾਮ ਦਾ ਲਖਵਾ ਲਿਆ ਸੀ ਉਹ ਬਸ ਆਪਣਾ ਟਾਈਮ ਪਾਸ ਕਰਕੇ ਤੁਰਦਾ ਬਣਿਆ ਤੇ ਆ ਦੇਖ ਸਕਦੇ ਆ ਇੱਥੇ ਨਾਮ ਲਖਾਇਆ ਹੋਇਆ ਸੀ ਇੱਧਰ ਬਤਕਾਂ ਬੈਠੀਆਂ ਸੀ ਦੋ ਪਿਆਰ ਵਾਲੀਆਂ ਤੇ ਉਹ ਅਗਲਾ ਆਪਣੇ ਤੇ ਚਾਲ ਜੀ ਪਰਮ ਭਾਜੀ ਸੀ ਕੋਈ ਪਰਮ ਦਾ ਨਾਮ ਲਖਿਆ ਸੀਗਾ ਤੇ ਪਰਮ ਦੇ ਉੱਤੇ ਪਰਮ ਹੁਣੀ ਚਾਲ ਜੀ ਤੇ ਬਤਕਾਂ ਉੱਥੇ ਦੀਆਂ ਉੱਥੇ ਰਹਿ ਗਈਆਂ ਤੇ ਫਿਰ ਵਿਚਾਰੀ ਕੋਈ ਹੋਊ ਕਿਸੇ ਦੀ ਧੀ ਭੈਣ ਹਨਾ ਆਪਾਂ ਚਿਹਰਾ ਕਾਦੇ ਦਿਖਾਉਣਾ ਸੋ ਵੀ ਕਹਿਣ ਦਾ ਭਾਵ ਹੈ ਭਰਾਵੋ ਜਾਂ ਭੈਣੋ ਜੋ ਵੀ ਹੈ ਜਦ ਤੱਕ ਤੁਹਾਡਾ ਵਿਆਹ ਨਹੀਂ ਹੁੰਦਾ ਕਿਸੇ ਦੇ ਨਾਮ ਦਾ ਟੈਟੂ ਪਰਮਨੈਂਟ ਕਾ ਨੂੰ ਹਨਾ ਕਿਹੜੀ ਕਿਹੜੀ ਬੱਲੇ ਬੱਲੇ ਨੂੰ ਪਿਓ ਆ ਤੁਸੀਂ ਹਨਾ ਸੋ ਭਰਾਵੋ ਮਰਜੀ ਸਭ ਦੀ ਆਪਣੀ ਹੈ ਜ਼ਿੰਦਗੀ ਵੀ ਆਪਣੀ ਆਪਾਂ ਕੌਣ ਹੈ ਤੂੰ ਕੌਣ ਖਾਮ ਖਾਂ ਉਸ ਹਿਸਾਬਕਿਤਾਬ ਹੈ ਅੱਜ ਕੱਲ ਤਾਂ ਹੈ ਤੇ ਬਾਕੀ ਜੀ ਤੇ ਆ ਕੀ ਹੋ ਗਿਆ ਤੇ ਬਾਕੀ ਸਾਰਿਆਂ ਦਾ ਰਿਕੁਐਸਟ ਹੈ ਜੀ ਕਲਿੱਕ ਕਰਦੇ ਆ ਕਰੋ ਜੀ ਕਲਿੱਕਾਂ ਬਹੁਤ ਘੱਟ ਹੁੰਦੀਆਂ ਪਤਾ ਨਹੀਂ ਕੀ ਰੀਜ਼ਨ ਹੈ ਪ੍ਰਭੂ ਕਿੱਥੇ ਘਾਟ ਰਹਿ ਗਈ ਦੱਸ ਦਿਓ ਜੀ ਸਾਰਾ ਇਤਿਹਾਸ ਜਿੰਨੇ ਜੋਗਾ ਹੈਗੇ ਮਿਹਨਤ ਕਰੀ ਜਾਈਦੀ ਆ ਤੇ ਹਰ ਇੱਕ ਵੀਡੀਓ ਤੇ ਲਿੰਕ ਵੀ ਪਾਇਆ ਹੁੰਦਾ ਜੇ ਲਿੰਕ ਨਹੀਂ ਓਪਨ ਹੁੰਦਾ ਆਪ ਗੂਗਲ ਤੇ ਸਰਚ ਕਰ ਲਓ 3 wpagendi radio.ca ਤੇ ਦੋ ਵੈੱਬ ਆਉਣੀਆ ਇੱਕ ਆ ਸਿਰੇ ਤੇ ਤੇ ਕਾ ਮੇਰੇ ਫਿਰ ਦੇ ਉੱਤੇ ਸਾਰਿਆਂ ਫੋਨਾਂ 'ਚ ਸੇਮ ਚੀਜ਼ ਆਉਂਦੀ ਆ ਬਸ ਐਡ ਤੁਹਾਡੇ ਲੋਕੇਸ਼ਨ ਦੇ ਹਿਸਾਬ ਨਾਲ ਆਉਂਦੀ ਇੰਡੀਆ ਚ ਰਿਲਾਈਐਂਸ ਦੀ ਵੀ ਐਡ ਆ ਸਕਦੀ ਹੈ ਗੂਗਲ ਵਾਲੇ ਐਡ ਲਾਉਂਦੇ ਮੈਂ ਨਹੀਂ ਲਾਉਂਦਾ ਸੋ ਤੁਸੀਂ ਦੇਖ ਕੇ ਵਾਪਸ ਆ ਜਾਣਾ ਜੋ ਹਨਾ ਲੋਕੇਸ਼ਨ ਤੇ ਆ ਲਓ ਜੀ ਲਓ ਭਰਾਵੋ ਕਿਹੜਾ 12 ਮਿਲੀਅਨ ਦਾ ਰੈਵਨਿਊ ਦਿਖਾਈ ਜੰਨੇ ਆ ਨੰਗ ਮਲੰਗ ਬੰਦੇ ਨੂੰ ਆ ਲਓ ਇੰਨਾ ਕੰਮ ਆ ਜੀ 5 ਸੈਕਿੰਡ ਚ ਐਡ ਹੋਲੀ ਜਾਂਦੀ ਆ ਸੋ ਕਰਦੇ ਕਰੋ ਜੀ ਕਲਿੱਕ ਕਰ ਤੇ ਸਾਰੇ ਜਣੇ ਵੱਧੋ ਵੱਧ ਆਪਣਾ ਖਾਤਾ ਹਿੰਦੀ ਚ ਸਵਾਲ ਵੀ ਫੋਲੋ ਕਰਾਓ ਵੀਡੀਓ ਬੱਦ ਵੱਦ ਸ਼ੇਅਰ ਕਰੋ ਤੇ ਐਡਾ ਤਾਂ ਜਰੂਰ ਕਲਿੱਕ ਕਰ ਦਿਆ ਕਰੋ 2-4 ਵਾਰੀ ਸਵੇਰ ਨੂੰ ਮਿਲਦੇ ਨਵੀਂ ਵੀਡੀਓ ਨਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ 인ਦਰਜੀਤ ਸਿੰਘ ਜਿਸਵਾਲ ਮੁੰਡਾ ਡੱਬਿਆਂ ਦਾ ਪਿੰਡ ਨਰੂਡ ਵਾਲਾ ਵੀਡੀਓ ਸ਼ੇਅਰ ਕਰ ਦਿਓ ਕਲਿੱਕ ਕਰ ਦਿਓ ਤੇ ਪੇਜ ਫੋਲੋ ਕਰਾਓ ਸ਼ੁਕਰੀਆ